ਸਜ਼ਾਏ ਮੌਤ ਅਤੇ ਉਮਰ ਕੈਦ 34 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੜਾਈ ਲੜ ਰਿਹਾ ਹੈ ਕਿ ਜਿਹੜੇ 84 ਦੇ ਕਤਲਿਆਂ ਦੇ ਗਾਂਧੀ ਪਰਿਵਾਰ ਨੇ ਕਿਹਾ ਸੀ ਉਹਨਾਂ ਦੋਸ਼ਾਂ ਨੂੰ ਸਜ਼ਾ ਦੇਣਾ। ਹਰ ਵਾਰ ਕਾਂਗਰਸ ਸਰਕਾਰ ਗਾਂਧੀ ਪਰਿਵਾਰ ਉਹਨਾਂ ਦੋਸ਼ਾਂ ਨੂੰ ਬਚਾਉਂਦਾ ਸੀ। ਤੁਸੀਂ ਪੰਜਾਬ ਨਹੀਂ ਦੁਨੀਆਂ ਕਿਤੇ ਵੀ ਚਲੇ ਜਾਓ, ਕਿਸੇ ਨੂੰ ਪੁੱਛੋ ਕਿਹਨੇ ਕਰਾਇਆ, ਗਾਂਧੀ ਪਰਿਵਾਰ ਦਾ ਨਾਮ ਆਉਂਦਾ ਸੀ ਅਤੇ ਸੱਜਣ ਕੁਮਾਰ ਟਾਈਟਲਰ। ਜਦੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਤਾਂ ਪ੍ਰਕਾਸ਼ ਸਿੰਘ ਜੀ ਬਾਦਲ, ਮੈਂ, ਸਾਰੇ ਐਮ ਪੀ ਅਸੀਂ ਉਹਨਾਂ ਨੂੰ ਮਿਲੇ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਤੁਹਾਡੇ 'ਤੇ ਆਸ ਹੈ ਕਿ ਤੁਸੀਂ ਜਿੰਨੇ ਆ ਕੇਸ ਬੰਦ ਕੀਤੇ ਹੈ ਇਹਨਾਂ ਨੂੰ ਰੀਓਪਨ ਕਰਾਓ, ਅਤੇ ਮੈਨੂੰ ਬੜੀ ਖੁਸ਼ੀ ਹੈ ਉਹਨਾਂ ਨੇ ਰੀਓਪਨ ਕਰਾਏ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ 3 ਸਾਲ ਹੋ ਗਏ ਜਦੋਂ ਬਣੀ ਨੂੰ, 3 ਸਾਲ ਦੇ ਅੰਦਰ ਉਹਨੇ ਇਨਵੈਸਟੀਗੇਸ਼ਨ ਕੀਤੀ, ਜਿਹੜੇ ਖਤਮ ਕਰ ਦਿੱਤੇ ਸੀ ਕੇਸ, ਬੰਦ ਕਰ ਦਿੱਤੇ ਸੀ ਕੇਸ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਕੇ ਕੋਰਟ ਦੇ ਦਿੱਤਾ ਅਤੇ ਅੱਜ 3 ਸਾਲਾਂ ਦੇ ਅੰਦਰ ਉਹ ਦੋਸ਼ੀਆਂ ਨੂੰ, ਪਹਿਲੇ ਦੋਸ਼ੀਆਂ ਨੂੰ ਸਜ਼ਾ ਮਿਲ ਗਈ ਹੈ ਅਤੇ ਸਾਨੂੰ ਬੜੀ ਖੁਸ਼ੀ ਹੈ। ਸਾਨੂੰ ਪੂਰੀ ਆਸ ਹੈ ਜਿਹੜੇ ਦੂਜੇ ਦੋਸ਼ੀ ਹੈ, ਜਿਹੜੇ ਦੂਜੇ SIT ਦੇ ਦੂਜੇ ਕੇਸ ਕੋਰਟਾਂ ਚੱਲ ਰਿਹਾ, ਉਹ ਵੀ ਇਸ ਸਾਲ ਦੇ ਅੰਦਰ ਅੰਦਰ ਉਹਨਾਂ ਨੂੰ ਵੀ ਸਜ਼ਾ ਮਿਲੂਗੀ। ਮੈਨੂੰ ਪੂਰੀ ਆਸ ਹੈ ਕਿ ਸੱਜਣ ਕੁਮਾਰ ਟਾਈਟਲਰ 1 ਸਾਲ ਦੇ ਅੰਦਰ ਅੰਦਰ ਉਹਨੂੰ ਵੀ ਜੇਲ੍ਹ ਜਾਣਗੇ।